ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਪੰਜਾਬ ਪੰਜਾਬੀ ਪੰਜਾਬੀਅਤ ਦੇ ਮਦਈ ਮਨੁੱਖੀ ਹੱਕਾਂ ਦੇ ਰਖਵਾਲੇ ਰੋਜ਼ਾਨਾ ਸਪੋਕਸਮੈਨ ਦੇ ਚੁਣੌਤੀਆਂ ਭਰਪੂਰ ਤੇ ਸੰਘਰਸ਼ਮਈ 13 ਸਾਲ ਪੂਰੇ ਹੋ ਚੁੱਕੇ ਨੇ। ਅੱਜ 14ਵੇਂ ਸਾਲ 'ਚ ਦਾਖਲਾ ਹੋਇਆ। ਰੋਜ਼ਾਨਾ ਸਪੋਕਸਮੈਨ ਨੂੰ ਜਿਹੜੀਆਂ ਮੁਸ਼ਕਲਾਂ ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਉਹ ਅੱਜ ਵੱਖ ਵੱਖ ਵਿਦਵਾਨਾਂ ਵੱਲੋਂ ਲਿਖਿਆ ਜਾ ਚੁੱਕਾ, ਅਖਬਾਰ ਦੀਆਂ ਸੁਰਖੀਆਂ ਬਣ ਚੁੱਕਾ। ਆ ਜਾਓ ਆਪਾਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਸਾਰੇ ਵੀਰਾਂ ਕੋਲ ਪਹੁੰਚਦੇ ਹਾਂ ਤੇ ਰੋਜ਼ਾਨਾ ਸਪੋਕਸਮੈਨ ਬਾਰੇ ਜਾਣਦੇ ਹਾਂ। ਹਾਂਜੀ ਮਹਿੰਦਰ ਜੀ, ਤੁਸੀਂ ਸਪੋਕਸਮੈਨ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਅਖਬਾਰ ਹੈ ਜੀ। ਹਾਂਜੀ ਲੋਹਰੀਆ ਜੀ, 13 ਸਾਲ ਪੂਰੇ ਹੋਣ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹਾਂਜੀ ਤਿੰਗੜਾ ਜੀ, ਬਹੁਤ ਅੱਛਾ ਦਲੇਰ ਅਖਬਾਰ ਹੈ ਜੋ ਕਿ ਦੇਸ਼ ਦੀ ਸਮੱਸਿਆ ਨੂੰ ਬਹੁਤ ਖੋਲ ਕੇ ਆ। ਅਸੀਂ ਇਹਨਾਂ ਦੀ ਤਰੱਕੀ ਵਾਸਤੇ ਬਹੁਤ ਸ਼ੁਭਕਾਮਨਾਵਾਂ ਭੇਜਦੇ। ਹਾਂਜੀ ਪ੍ਰੋਫੈਸਰ ਸਾਹਿਬ, ਹਾਂਜੀ ਪੱਤਰਕਾਰ ਤੇ ਦੁਨੀਆ ਵਿੱਚ ਰੋਜ਼ਾਨਾ ਸਪੋਕਸਮੈਨ ਨੇ ਆਪਣਾ ਬਹੁਤ ਵਧੀਆ ਸਥਾਨ ਬਣਾਇਆ। 14ਵੀਂ ਸਾਲਗਿਰਾ ਤੇ ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ ਮਾਸਟਰ ਜੀ, ਮੈਂ ਸਪੋਕਸਮੈਨ ਦਾ ਪੱਕਾ ਪਾਠਕ ਹਾਂ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ। ਹਾਂਜੀ ਬਾਗੀ ਜੀ, ਸਪੋਕਸਮੈਨ ਇੱਕ ਸੱਚ ਦਾ ਅਖਬਾਰ ਹੈ ਜੀ, ਬਹੁਤ ਬਹੁਤ ਵਧਾਈਆਂ 13 ਸਾਲ ਪੂਰੇ ਹੋਣ ਦੇ। ਹਾਂਜੀ ਗੋਂਦਾ ਜੀ, 13 ਸਾਲ ਪੂਰੇ ਹੋਣ ਤੇ ਸਪੋਕਸਮੈਨ ਦੇ ਐਡੀਟਰ ਭਾਈ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ। ਹਾਂਜੀ ਰਾਮਗੜਿਆ ਜੀ, ਰੋਜ਼ਾਨਾ ਅਖਬਾਰ ਪੜ੍ਹੋ, ਸਪੋਕਸਮੈਨ ਸੱਚੀਆਂ ਖਬਰਾਂ ਦਿੰਦਾ ਹੈ। ਵਾਹ ਜੀ ਵਾਹ। ਹਾਂਜੀ ਕਵਰਜੀਤ ਸਿੰਘ ਸੇਠੀ, ਹੱਕ ਤੇ ਸੱਚ ਦੀ ਲੜਾਈ ਵਾਸਤੇ ਸਪੋਕਸਮੈਨ ਨੇ ਕਿਸੇ ਤੋਂ ਡਰਨਾ ਨਹੀਂ ਸਿੱਖਿਆ ਜੀ। ਇੱਕ ਨਿਡਰ ਹੋ ਕੇ ਬਿਨਾ ਲਾਲਚ ਤੋਂ ਆਪਣਾ ਗੁਆ ਕੇ ਇਸ ਨੇ ਅਖਬਾਰ ਚਾਲੂ ਕੀਤਾ ਤੇ ਮੈਂ ਇਸ ਦੇ 13 ਸਾਲ ਪੂਰੇ ਹੋਣ ਤੇ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰੂਲਾ ਜੀ, ਹਾਂਜੀ ਸਪੋਕਸਮੈਨ ਦੇ ਸਾਰੇ ਸਟਾਫ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ 13 ਸਾਲ ਪੂਰਾ। ਹਾਂਜੀ ਪ੍ਰੋਫੈਸਰ ਸਾਹਿਬ, ਸੱਚ ਕੀ ਲੜਾਈ ਲੜਨੇ ਵਾਲੋਂ ਕਾ ਹਮੇ ਦਿਲ ਸੇ ਸਾਥ ਦੇਣਾ ਚਾਹੀਏ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਮੋਂਗਾ ਜੀ, ਰਿੱਖੀ ਰਾਮ ਪੰਸਾਰੀ ਦੀ ਹੱਟੀ ਜੀ, ਰਤਾ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ, ਸਪੋਕਸਮੈਨ ਦੇ ਬਰਥਡੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਹਾਂਜੀ ਉੱਗੇ ਸਮਾਜ ਸੇਵੀ ਚੰਦਰ ਅਰੋੜਾ ਜੀ, ਸੱਚਾ ਤੇ ਸੁੱਚਾ ਅਖਬਾਰ ਹੈ ਨਿਡਰ, 13 ਸਾਲ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ। ਬਲਵੀਰ ਸਿੰਘ ਤੱਕਰ ਜੀ, ਸਪੋਕਸਮੈਨ ਦੇ 13 ਸਾਲ ਪੂਰੇ ਹੋਣ ਤੇ ਬਹੁਤ ਬਹੁਤ ਵਧਾਈ। ਰਾਜ ਕੁਮਾਰ ਗੋਇਲ, ਉੱਗੇ ਫਿਲਾਸਫਰ, ਫਿਲਾਸਫਰ ਸਾਹਿਬ, ਸਪੋਕਸਮੈਨ ਸਰਬ ਸਾਂਝੀ ਗੁਰਬਾਣੀ ਬਾਰੇ ਲਿਖਦਾ ਹੈ ਜੋ ਕਿ ਸਾਰੇ ਯੂਨੀਵਰਸ ਚੁਗਿਰਦੇ ਨੂੰ ਆਪਦੇ ਕਲਾ ਵਿੱਚ ਲੈਂਦੀ ਹੈ ਔਰ ਨਿਰਪੱਖ ਹੋ ਕੇ ਮਾਨਵਤਾ ਦੇ ਭਲੇ ਲਈ ਕੰਮ ਕਰਦੀ ਹੈ ਔਰ ਇਹ ਤਰਜਮਾਨੀ ਕਰਦੀ ਹੈ ਸਾਰੀ ਮਾਨਵਤਾ ਦੇ, ਔਰ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਾਰੀ ਮਾਨਵਤਾ ਦੇ ਲਈ ਸੋਚਿਆ ਉਸਦੇ ਵਿਚਾਰਾਂ ਦੀ ਤਰਜਮਾਨੀ ਕਰ ਰਹੀ ਹੈ ਸਪੋਕਸਮੈਨ। ਔਰ ਇਸ ਲਈ ਮੈਂ 13 ਸਾਲ ਪੂਰੇ ਹੋਣ ਤੇ ਆਪਦੀਆਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਦਿੰਦਾ। ਬਹੁਤ ਧੰਨਵਾਦ, ਬਹੁਤ ਧੰਨਵਾਦ। ਹਾਂਜੀ ਬੱਬੂ ਜੀ, ਰੋਜ਼ਾਨਾ ਸਪੋਕਸਮੈਨ ਅਖਬਾਰ ਸਾਫ ਸੁਥਰੇ ਅਕਸ ਵਾਲਾ ਅਖਬਾਰ ਆ, ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਵਾਹ ਜੀ ਵਾਹ। ਹਾਂਜੀ ਮੋਂਗਾ ਜੀ, ਸਾਡੇ ਸਾਰਿਆਂ ਵੱਲੋਂ ਸਪੋਕਸਮੈਨ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੋਜ਼ਾਨਾ ਸਪੋਕਸਮੈਨ ਨੂੰ ਸ਼ੁਭ ਕਾਮਨਾਵਾਂ ਦੇਣ ਬਦਲੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।